अगर आपने हमारे चैनल को सब्सक्राइब नहीं किया है तो इसे सब्सक्राइब कर लें। नए साल में स्वर्गीय सुखदेव सिंह की याद में शहीद जनरल सिंह कल्याण सूसा के सहयोग से हर साल चंद्रसर नगर सूसा विक्टी और भट्टी परिवार द्वारा 10वीं रक्तदान शिविर का आयोजन किया गया था। पंजाब पुलिस के डीएसपी गुरजीत सिंह रोमाना और कुलदीप सिंह विर्क सिंह सत्र के दौरान मुख्य अतिथि के रूप में पहुँचे। गुरजीत रोमाना साहिब और कुलदीप सिंह विर्क और साथ के कर्मचारियों द्वारा रक्तदान किया गया था। ਇਸ ਦਾ ਜਨਰਲ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਜਿਹੜੀ ਹੈਗੀ ਆ ਖੂਨਦਾਨ ਕੈਂਪ ਲਗਾਇਆ ਗਿਆ। ਸਰਦਾਰ ਸੁਖਦੇਵ ਸਿੰਘ ਡੀਐਸਏ ਦੀ ਯਾਦ ਵਿੱਚ ਬੜਾ ਅੱਛਾ ਉਪਰਾਲਾ ਹੈ, ਕਿਉਂਕਿ ਹਰ ਚੀਜ਼ ਦੁਨੀਆ 'ਚ ਬਣ ਸਕਦੀ ਹੈ, ਲੇਕਿਨ ਕੋਈ ਇੱਕ ਇਹੋ ਜਿਹਾ ਚੀਜ਼ ਹੈ ਜਿਹੜੀ ਨਹੀਂ ਕਰ ਸਕਦੀ। ਇਹ ਇਸ ਨੂੰ ਦੇਖ ਕੇ ਕਿਸੇ ਦਾ ਲਾਈਫ ਸੇਵ ਕਰਨਾ ਇਸ ਤੋਂ ਵੱਡਾ ਪੁੰਨ ਹੋ ਗਿਆ। ਨਵੇਂ ਸਾਲ ਵਾਲੇ ਦਿਨ ਇਹਨਾਂ ਨੇ ਬਹੁਤ ਵੱਡਾ ਪੁੰਨ ਦਾ ਕੰਮ ਕੀਤਾ, ਇਹਨਾਂ ਦਾ ਧੰਨਵਾਦ ਹੀ ਆ। ਔਰ ਬਾਕੀ ਲੋਕਾਂ ਨੂੰ ਅਪੀਲ ਕਰਦਾ ਇਹਨਾਂ ਤੋਂ ਸੇਵ ਲਓ। ਥੈਂਕ ਯੂ। ਬਾਬਾ ਜੀਵ ਸਿੰਘ ਸੁਸਾਇਟੀ ਵੱਲੋਂ ਏਸੇ ਸੁਖਦੇਵ ਸਿੰਘ ਦੀ ਯਾਦ ਦੇ ਵਿੱਚ ਅੱਜ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਸਾਲ ਦੇ। ਇਹ ਬਹੁਤ ਵਧੀਆ ਉਪਰਾਲਾ ਹੈ। ਖੂਨ ਜਿਹੜਾ ਖੂਨ ਹੈ ਇਹ ਮਤਲਬ ਕਿਸੇ ਵੀ ਜ਼ਿੰਦਗੀ ਨੂੰ ਬਚਾ ਸਕਦਾ ਹੈ, ਕਿ ਜੇ ਕੋਈ ਇਨਸਾਨ ਖੂਨ ਦਿੰਦਾ ਹੈ ਉਹਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ, 24 ਘੰਟੇ ਦੇ ਵਿੱਚ ਜਿਹੜਾ ਦੁਬਾਰਾ ਖੂਨ ਦੁਬਾਰਾ ਬਣ ਜਾਂਦਾ ਹੈ। ਅਤੇ ਅਸੀਂ ਬਾਕੀਆਂ ਨੂੰ ਅਪੀਲ ਕਰਦੇ ਹਾਂ ਵੀ ਇਹਦਾ ਸੇਧ ਲੈ ਕੇ ਐਜ ਏ ਕੈਂਪ ਲਾਉਣ, ਅਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਵੱਧ ਤੋਂ ਵੱਧ ਖੂਨ ਦਾਨ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਦੀ ਜਾਨ ਬਚਾਈ ਜਾ ਸਕੇ। ਜੋ ਕਿ ਅੱਜ ਸਰਦਾਰ ਸੁਖਦੇਵ ਸਿੰਘ ਸਵਰਗਵਾਸੀ ਡੀਐਸਆਈ ਜਿਨ੍ਹਾਂ ਦੀ ਯਾਦ ਵਿੱਚ ਅੱਜ ਭੱਟੀ ਪਰਿਵਾਰ ਵੱਲੋਂ ਅਤੇ ਮਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਅਤੇ ਸੁਸਾਇਟੀ ਦੇ ਮੈਂਬਰ ਸਾਹਿਬਾਨ ਜਿਨ੍ਹਾਂ ਦੇ ਵੱਲੋਂ ਅੱਜ 10ਵਾਂ ਖੂਨਦਾਨ ਕੈਂਪ ਲਗਾਇਆ ਗਿਆ, ਸਾਰੇ ਵੀਰਾਂ ਦਾ ਇੱਥੇ ਪਹੁੰਚਦੇ ਜੀ ਆਇਆ ਆਖਿਆ ਜਾਂਦਾ ਹੈ, ਧੰਨਵਾਦ ਕੀਤਾ ਜਾਂਦਾ ਹੈ, ਜੋ ਕਿ ਬਹੁਤ ਵਧੀਆ ਉਪਰਾਲੇ। ਕਿੰਨੇ ਯੂਨਿਟ ਹੋ ਗਏ ਹੁਣ ਤੱਕ ਬਲੱਡ ਦੇ? 35-40 ਦੇ ਲਗਭਗ ਯੂਨਿਟਾਂ ਹੋ ਚੁੱਕੀਆਂ ਨੇ। ਕਿੰਨੀ ਦੇਰ ਹੋ ਗਈ ਕੈਂਪ ਲਗਾਉਂਦੇ ਨੂੰ? ਤੁਹਾਨੂੰ ਕੈਂਪ ਲਗਾਉਂਦੇ ਨੂੰ ਸਾਨੂੰ 10 ਸਾਲ ਹੋ ਗਏ ਜੀ। 10 ਸਾਲਾਂ ਤੋਂ ਲਗਾਤਾਰ ਖੂਨਦਾਨ ਕੈਂਪ ਚੱਲ ਰਿਹਾ ਜੀ, ਗਤੀਵਿਧੀਆਂ ਸਾਡੀਆਂ ਬਹੁਤ ਵਧੀਆ। ਅੱਗੇ ਤੋਂ ਨਵੇਂ ਸਾਲ ਤੇ ਲਗਾਏ ਜਾਂਦੇ ਇਹ ਜੀ ਖੂਨਦਾਨ ਕੈਂਪ? ਹਰ ਸਾਲ ਨਵੇਂ ਸਾਲ ਵਾਲੇ ਦਿਨ ਹੀ ਲਗਾਇਆ ਜਾਂਦਾ ਜੀ, ਜੋ ਕਿ ਇਸ ਦਿਨ ਸਰਦਾਰ ਸੁਖਦੇਵ ਸਿੰਘ ਠਾਣੇਦਾਰ ਸਾਹਿਬ ਦੀ ਡੈਥ ਹੋਈ ਸੀ, ਜਿਨ੍ਹਾਂ ਨੂੰ ਲੰਬੇ ਸਮੇਂ ਦੇ ਜੋ ਖੂਨਦਾਨ ਕੈਂਪ ਲਿਖਿਆ ਗਿਆ ਉਹ ਅੱਜ 10 ਸਾਲ ਲਗਾਤਾਰ ਹੋ ਗਏ। ਆਪਾਂ ਸਾਰੇ ਵੀਰਾਂ ਨੂੰ ਰਲ ਮਿਲ ਕੇ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਨੇ। अगर आपने हमारे चैनल को सब्सक्राइब नहीं किया है तो इसे सब्सक्राइब कर लें।